ਸਵਾਗਤ ਹੈ ਸਾਡੇ YouTube ਚੈਨਲ ਤੇ ਆ ਮਲਾਉਣੇ ਅਮਨ ਨਾਲ ਕੀ ਹਾਲ ਹੈ ਅਮਨ ਵਧੀਆ ਵੀ ਵਧੀਆ ਅੱਜ ਫਿਰ ਕਿੱਦਾਂ ਦੀਆਂ ਤਿਆਰੀਆਂ ਅੱਜ ਗੱਡੀ ਦੇ ਉੱਤੇ ਗ੍ਰਾਫਿਕ ਕੋਟਿੰਗ ਕਰਾ ਕੇ ਆਉਣੀ ਆਪਾਂ ਗ੍ਰਾਫਿਕ ਕੋਟਿੰਗ ਸਿਨੇਮੈਟਿਕ ਨਹੀਂ ਕਰਾਉਣੀ ਸਿਨੇਮੈਟਿਕ ਘੱਟ ਵਾਲੀ ਹੁੰਦੀ ਆ ਆਪਾਂ ਗ੍ਰਾਫਿਕ ਕਰਾਉਣੀ ਓਕੇ ਚਲੋ ਦਿਖਾਉਣੇ ਤੁਹਾਨੂੰ ਗ੍ਰਾਫਿਕ ਕੋਟਿੰਗ ਕਰਾਉਣੇ ਆ ਗ੍ਰਾਫਿਕ ਵਾਲੀ ਮਿਲਦੇ ਆ ਅੱਗੇ ਕਿਹੜੇ ਸੈਕਟਰ ਆਣਾ ਆਪਾਂ ਗ੍ਰਾਫਿਕ ਕੋਟਿੰਗ ਕਰਾਉਣ 82 ਚ ਕੀ ਨਾਮ ਆ ਡਿਟੇਲਿੰਗ ਡਿਟੇਲਿੰਗ ਵਿਊਰ ਉਹਨਾਂ ਦੇ ਜਾਣਾ ਆਪਾਂ ਨੇ ਆਹ ਦਿਖਾਈ ਦੀ ਕੱਲ੍ਹ ਉਹਨਾਂ ਨੇ ਸੈਂਪਲ ਜਿਹਾ ਡੈਮੋ ਇੱਧਰ ਰੇਤਾ ਪਿਆ ਇੱਧਰ ਡੈਮੋ ਆ ਬਾਹਰੋਂ ਦਿਖਾਵਾਂਗੇ ਵਿਊ ਬਾਅਦ 'ਚ ਦਿਖਾਵਾਂਗੇ ਸਾਨੂੰ ਜਦੋਂ ਪੂਰੀ ਕਲੀਨ ਹੋ ਗਈ ਹੈ ਨਾ ਗੱਲ ਬਣ ਜਾਵੇ ਨਾ ਪੂਰੀ ਚਮਕ ਪੂਰੀ ਚਮਕੀ ਹੋਈ ਠੀਕ ਗੱਡੀ ਲਾ ਦਈਏ ਬਈ ਆਪਾਂ ਸਟੂਡੀਓ 'ਚ ਇੱਕ ਸਕਰਾਇਆ ਚਾਹ ਬਸ ਉਹ ਨਹੀਂ ਜਾਊਂ ਚੱਕ ਕਰਤਾ ਕਰਤਾ ਕੰਮ ਸ਼ੁਰੂ ਚਾਹ ਦੇ ਨਾਲ ਤੈਨੂੰ ਦੇ ਦਾਂਗੇ ਅੱਧੇ ਪੈਸੇ ਆਪਾਂ ਸਕਰੈਚ ਪਾ ਰਹੇ ਗੱਡੀ ਦੇ ਸਕਰੈਚ ਪਾ ਰਹੇ ਨਾ ਆਪਣਾ ਗੱਡੀ ਦੇ ਕਿਉਂ ਬਰੋ ਕਿਵੇਂ ਲੱਗ ਰਿਹਾ ਬਰਾ ਉਹਦੇ ਕਰਾਉਣੀ ਆਪਾਂ ਨੇ ਆਰਟੀਕਲ ਉਹ ਇਹ ਤੋਂ ਬਾਅਦ ਕਰਾਵਾਂਗੇ ਬੜੀਆਂ ਵਧੀਆ ਲੱਗਿਆ ਹੈ ਨਾ ਚੌਂਕ ਵੀ ਸ਼ੀਸ਼ੇ ਵੀ ਚੌਂਕ 'ਤੇ ਲੱਗ ਗਈ ਮੇਨ ਸਕਰਾਇਆ ਤਾਂ ਉਹੀ ਆਪਣੇ ਕਾਚੀ ਦਾ ਪਿਆ ਹੋਇਆ ਉਰੇ ਚੌਂਕ ਆ ਗਈ ਨੀਚੇ ਵਧੀਆ ਸਾਫ਼ ਹੋ ਗਈ ਗਰੰਟਰ ਜਾ ਗਮਾਰਤਾ ਗਰੰਟਰ ਜਾ ਇਹਦੇ ਗੱਡੀ ਕਹਿੰਦੇ 5 ਵਜੇ ਨਿਕਲੂ ਅੱਜ ਪੂਰੀ ਸਾਫ਼ ਕਰਕੇ ਕਰ ਦੇਣਗੇ ਪੂਰੀ ਚਮਕਾ ਦੇਣਗੇ 5 ਵਜੇ ਤੱਕ ਆਪਾਂ ਕੀ ਕਰਾਂਗੇ ਫਿਰ ਉਰੇ ਵਲੌਗ ਬਣਾਵਾਂਗੇ ਨਾਲੇ ਤੁਹਾਨੂੰ ਗੱਡੀ ਦਿਖਾਵਾਂਗੇ ਕੀ ਕੰਮ ਕਰਿਆ ਕਿਵੇਂ ਨਾ ਪੈਸੇ ਦੱਸ ਸਾਹਮਣੇ ਕਿੰਨੇ ਲਏ ਨੇ ਇਹਨਾਂ ਨੇ 37,000 ਰੁਪਇਆ ਇੰਨੇ ਪੈਸੇ ਤੂੰ ਲਾ ਤੇ ਕਿੰਨੇ ਦਿੱਤੇ ਅੱਜ ਪੈਂਤੀ ਹਜ਼ਾਰ ਰੁਪਇਆ ਹੋਰ ਵੀ ਲਾ ਦਾ ਲਾਈਟਾਂ ਗ੍ਰਿਲ ਕਿਉਂ ਆਪਣਾ ਸਹੀ ਹੈ ਨਾ ਹੋਰ ਉਹਨੂੰ ਕੁਛ ਪਾਉਣਾ ਹੋਗ ਲੈਂਪ ਪਾਉਣਾ ਇਹ ਫੇਰ ਹੁਣ ਲਵਲੀ ਲਾ ਕੇ ਤੈਨੂੰ ਪਾਈ ਜਾਂਦੇ ਨੇ ਬਹੁਤ ਫਰਕ ਹੈ ਕੰਚ ਵਾਂਗੂ ਚਮਕ ਲਾ ਦੇਣਗੇ ਇਹਨੂੰ ਲੋਈ ਆਪਾਂ ਅੱਗੇ ਬਹਿ ਕੇ ਹੁਣ ਦਫ਼ਤਰ 'ਚ ਉਹ ਕਰ ਰਹੇ ਨੇ ਬਾਹਰ ਕੋਟਿੰਗ ਮੋਡੀਫਾਈ ਵਾਸਤੇ ਲਾਈਟਾਂ ਗਰਿੱਲ ਦੇਖ ਰਹੇ ਸੀ ਕਿਹੜੀ ਪਾਉਣੀਆਂ ਲਾਈਟਾਂ ਕਿਹੜੀਆਂ ਪਾਉਣੀਆਂ ਸਟੋਰ ਕਰਾਉਣੀਆਂ ਵਿੱਚ ਅਤੇ ਗਰਿੱਲ ਕਿਹੜੀ ਪਾਉਣੀਆਂ ਬਜਟ ਬਾਹਲਾ ਦੱਸ ਰਹੇ ਨੇ ਜਿਹੜੀਆਂ ਲਾਈਟਾਂ ਨੇ 18-18, 19-19 ਹਜ਼ਾਰ 'ਚ ਲਾਈਟਾਂ ਨੇ ਇਹਦੀਆਂ ਤਾਂ ਕਰਕੇ ਦੇਖਦੇ ਹਾਂ ਵੀ ਕਿਹੜੀ ਪਈ ਜਾਣ ਇਹ ਵਾਲੇ ਕੋਟਿੰਗ ਕਰਾਉਣੀ ਆਪਾਂ ਨੇ ਗ੍ਰਾਫਿਕ ਕੀ ਨਾਮ ਹੈ ਇਹਦਾ ਬਾਈ ਵੀ ਆਹ ਨਾਮ ਹੈ ਪੜ੍ਹ ਲਓ ਤੁਸੀਂ ਇਹ ਕੋਟਿੰਗ ਕਰਵਾ ਰਹੇ ਹਾਂ ਅਸੀਂ ਇਹ ਆ 35,000 ਦੀ ਆਸਟ੍ਰੇਲੀਅਨ ਬ੍ਰਾਂਡ ਆ ਕਿਉਂ ਹੁਣ ਮੈਂ ਕਹਿੰਦਾ ਲੱਗਦਾ ਉੱਥੇ ਲਾਈਟਾਂ ਲੂਟਾਂ ਗਰਿੱਲ ਗਰੁੱਲ ਪਵਾ ਦਿੰਦੇ ਹਾਂ ਕਿੰਨੇ ਦੀ ਕਹਿੰਦਾ ਲਾਈਟਾਂ 20,000 ਦੀ ਲਾਈਟਾਂ ਨੇ 19,000 ਦੀਆਂ ਗਰਿੱਲ ਕਿੰਨੇ ਦੀਆਂ 10-12 ਹਜ਼ਾਰ ਦੀ 16,000 ਦੀ ਗਰਿੱਲ ਫਰੰਟ ਵਾਲੀ ਉਹ ਵਾਲੀ ਆਹ ਪਈ ਆ ਲਾਈਟਾਂ ਪਈਆਂ ਫੋਗ ਲੈਂਪ ਆ ਸਾਰਾ ਕੁਝ ਪਿਆ ਰਹੇ ਉਰੇ ਮਹਿੰਗਾ ਬਹੁਤ ਹੈ ਅਸੀਂ ਜਾਣਾ ਲੁਧਿਆਣੇ ਨਾਲੇ ਪਵਾ ਕੇ ਲਾਉਂਗੇ ਅਲਾਏ ਟਾਇਰ ਨਾਲੇ ਗਰਿੱਲ ਲਾਈਟਰ ਲੂਟਾਂ ਸਾਰਾ ਕੁਛ ਕਰਾ ਦਾਂਗੇ ਡਾਨੇ ਕਿਉਂ ਬਰੋ ਦੱਸੋ ਫਿਰ ਕਦੋਂ ਜਾਣ ਲੁਧਿਆਣੇ ਬੰਦੇ 4 ਤਰੀਕ ਚੱਲਾਂਗੇ ਬਸ ਠੀਕ ਹੈ 14 ਨੂੰ ਫਾਈਨਲ ਅੱਜ ਕਿੰਨੀ ਹੋ ਗਈ ਹੁਣ ਦੱਸ ਨਹੀਂ ਤਾਂ ਆਪਣੇ ਫੋਟੋ ਆ ਰਹੀ ਹੈ ਮੂਹਰੇ 14 ਦਾ ਅੱਜ ਹੈ ਅਗਲੀ 14 ਨੂੰ ਓਕੇ ਇੱਧਰ ਤਾਂ ਹਰੇਕ ਕਰੀ ਜਾਂਦਾ ਨਾ ਬਈ
ਅੰਡਾਲੇ ਹੀ ਲੱਗਦੇ ਆ ਫਰੰਟ ਦੇਖ ਫਰੰਟ ਫਰੰਟ 'ਤੇ ਲੈਟ ਦੇਖ ਮੇਰੇ ਕਿਉਂ ਹੁਣ ਬਣਦੀ ਗੱਲ ਜੀ ਹੋਏ ਹਾਲੇ ਤਾਂ ਇੱਦੂ ਉੱਪਰ ਲੱਗੂਗੀ ਕੋਟਿੰਗ ਹੈ ਨਾ ਉਹਨੂੰ ਚਮਕਦੇ ਲੈਟਾਂ ਮੂੰਹ ਦੇਖਣ ਲੱਗ ਗਈ ਚੱਲ ਕੈਂਟ ਦਾ ਆ ਗਿਆ ਰੱਖਣੀਆਂ ਸੌਖੀਆਂ ਨਹੀਂ ਹੈਗੀਆਂ ਕਿਵੇਂ ਬਲੈਕ ਕਲਰ ਕੋਈ ਨਾ ਮਸ਼ਰੂਮ ਬਣਾਉਣਾ ਪੈਂਦਾ ਦੇਖ ਕੇ ਕਹਿੰਦੇ ਗਰੰਟਰ ਨਾਲ ਰੰਗ ਦਰ ਦੇਣਗੇ ਕਿ ਨਹੀਂ ਪੀਪੀਐਫ ਕਰਾਈ ਹੋਈ ਆ ਓਏ ਆ ਕਿੱਥੇ ਚਾੜ ਰੱਖੀ ਥਾਰ ਤੇ 4x4 ਲਾਉਂਦੇ ਸੀ ਦੇਖ ਇਹ ਤਾਂ ਰਹਿਣਗੇ ਜ਼ਿਆਦਾ ਹੋਏ ਪੇਂਟ ਉਤਰਿਆ ਹੋਇਆ ਫੋਟੋ ਸ਼ੀਸ਼ੇ ਵਾਂਗੂ ਕਰਤਾ ਰੰਗ ਤਾਂ ਦੋ ਦੋ ਇੰਚ ਬਰੋ ਵੀਡੀਓ ਹੋਰ ਵੀ ਲਾਵਾਂ ਸੈਟ ਉਹ ਤੇ ਲਾ 13 ਦੀ ਇੱਥੇ ਲੱਗੂ ਯਾਰ ਦੱਸ ਦੇ ਸਾਈਡ ਤੇ ਲਾਵਾਂ ਪਹਿਲਾਂ ਉਧਰ ਵੀ ਨਵੇਂ 2 ਇੰਚ ਬਸ ਸਹੀ ਹੈ ਹਾਂ ਚੇਪ ਦੇ ਉਹ ਹਿਲਾਉਣਾ ਤੇਰੇ ਉਹਨੇ ਡਾਊਨ ਰੱਖ ਤੇਰੇ ਕਹਿੰਦੇ ਉੱਚਾ ਇੱਧਰੋਂ ਆਇਆ ਤੇਰੇ ਹੱਥ ਬਾਬੇ ਉੱਚਾ ਲੱਗ ਗਿਆ ਟੇਢਾ ਹੋ ਗਿਆ ਠੀਕ ਆ ਪਿੰਜਰਾਂ ਉੱਪਰ ਸ਼ੀਸ਼ੇ ਵਾਂਗੂ ਲੱਗ ਗਈ ਚਮਕਣੇ ਕੋ ਕਿਵੇਂ ਆ ਫਿਰ ਨਵੀਂ ਸੀ ਲੱਗ ਗਈ ਚਮਕਣਾ ਸ਼ੀਸ਼ੇ ਵਾਂਗੂ ਲੱਗ ਗਈ ਚੈੱਕ ਕਰੋ ਗੱਡੀ ਫਿਰ ਰਾਤੀ ਕੋਟਿੰਗ ਕਿਵੇਂ ਲੱਗ ਰਿਹਾ ਤੈਨੂੰ ਬਹੁਤ ਵਧੀਆ ਲੱਗ ਰਿਹਾ ਵਧੀਆ ਕਰਤਾ ਅੰਦਰ ਵੀ ਸਾਫ ਸਾਫ ਹੀ ਹੋ ਗਏ ਨਾ ਵਧੀਆ ਹੁਣ ਚਮਕਦੇ ਸ਼ੀਸ਼ੇ ਵਾਂਗੂ ਗੱਡੀ ਵਾਏ ਪੂਰੀ ਸਰਾ ਬਿੱਲ ਦਿਖਾ ਦੀ ਆਪਾਂ ਬਿੱਲ ਨਹੀਂ ਦੇਖਣਾ ਬਸ ਇੰਨੇ ਦੇਖੋ